ਕੋਈ ਜ਼ਮਾਨਾ ਹੁੰਦਾ ਸੀ ਜਦ ਔਲਾਦ ਆਪਣੇ ਮਾਤਾ ਪਿਤਾ ਦਾ ਵਧੇਰੇ ਸਨਮਾਨ ਸਤਿਕਾਰ ਕਰਦੀ ਸੀ ਤੇ ਉਹਨਾਂ ਦੇ ਸਵਰਗਵਾਸ ਹੋਣ ਜਾਣ ਮਗਰ ਉਹਨਾਂ ਦੀ ਯਾਦ ਨੂੰ ਸਮਰਪਿਤ ਕੋਈ ਨਾ ਕੋਈ ਚੀਜ਼ ਦੀ ਯਾਦ ਦੇ ਚਿੰਨ ਸਥਾਪਿਤ ਕਰਾਉਂਦੀਆਂ ਸਨ, ਉਹਨਾਂ ਦੇ ਨਾਂ ਤੇ ਕੋਈ ਅਜਿਹਾ ਦਾਨ ਪੁੰਨ ਕਰਦੀਆਂ ਸਨ ਤਾਂ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਤਾਜ਼ਾ ਰਹੇ। ਪਰ ਅੱਜ ਕੱਲ੍ਹ ਲੋਕਾਂ ਜ਼ਮੀਨ ਜਾਇਦਾਦ ਅਤੇ ਪੈਸੇ ਨਾਲ ਹੀ ਪਿਆਰ ਸਤਿਕਾਰ ਨਜ਼ਰ ਆਉਂਦਾ ਹੈ ਅਤੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿਖਾਇਆ ਜਾਂਦਾ ਹੈ। ਪਰ ਅੱਜ ਦੀ ਦੁਨੀਆਂ ਵਿੱਚ ਵੀ ਅਜਿਹੇ ਮਾਨਸਬੋਧ ਹਨ ਜੋ ਆਪਣੇ ਮਾਤਾ ਪਿਤਾ ਦੇ ਸਵਰਗਵਾਸ ਹੋਣ ਜਾਣ ਮਗਰੋਂ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਨੇ। ਅਜਿਹੀ ਵੇਖਣ ਨੂੰ ਮਿਲਿਆ ਦਿੜਵਾ ਦੇ ਵਿਖੇ ਜਿੱਥੇ ਸੁਰਿੰਦਰ ਪਾਲ ਬਾਗੜੀ ਦੇ ਪਰਿਵਾਰ ਨੇ ਆਪਣੀ ਮਾਤਾ ਲਾਜਵੰਤੀ ਦੀ ਪਹਿਲੀ ਬਰਸੀ ਤੇ ਸ਼ਮਸ਼ਾਨ ਘਾਟ ਵਿਖੇ ਸਰਵਨ ਭਗਤ ਦੀ ਮੂਰਤੀ ਸਥਾਪਿਤ ਕਰਵਾਈ ਤੇ ਆਪਣੀ ਮਾਤਾ ਦੇ ਹੱਥੀ ਲਿਖੇ ਭਜਨਾ ਦੇ ਕਿਤਾਬ ਰਾਮ ਨਾਮ ਕੇ ਹੀਰੇ ਮੋਤੀ ਛਪਵਾ ਕੇ ਰਿਲੀਜ਼ ਕੀਤਾ ਤੇ ਰਮਾਇਣ ਪਾਠ ਦੇ ਭੋਗ ਪਾਏ। ਇਸ ਮੌਕੇ ਮੂਰਤੀ ਦੀ ਕੁੰਡ ਚੁਕਾਈ ਦਿੜਬਾ ਦੇ DSP ਮਨਜੀਤ ਸਿੰਘ ਬਰਾੜ ਨੇ ਕੀਤੀ। ਅੱਜ ਕੱਲ੍ਹ ਜਿਹੜਾ ਯੁੱਗ ਆ ਬੜਾ ਪਰਾਰਥ ਹੋ ਗਿਆ, ਇਹਦੇ 'ਚ ਸਰਵਣ ਦੀ ਭੂਮਿਕਾ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਸਾਡੇ ਕੋਲ ਪੁਲਿਸ ਡਿਪਾਰਟਮੈਂਟ ਹੋਣ ਕਰਕੇ ਸਾਡੇ ਕੋਲ ਬਜ਼ੁਰਗ ਆਉਂਦੇ ਆ, ਸਾਡੇ ਕੋਲ ਬਹੁਤ ਦੁੱਖ ਤਕਲੀਫਾਂ ਦੱਸਦੇ ਆ। ਜੇ ਸਾਡੇ ਕੋਲ 10 ਬੰਦੇ ਉਹਦੇ 'ਚ 5 ਬਜ਼ੁਰਗ ਆਉਂਦੇ ਆ ਜਿਹੜੇ ਕਹਿੰਦੇ ਵੀ ਸਾਡੇ ਮਾਂ ਬਾਪ ਸਾਨੂੰ ਸੇਵਾ ਬੱਚੇ ਸਾਡੇ ਸੇਵਾ ਨਹੀਂ ਕਰਦੇ, ਸਾਡੀ ਸਾਰੀ ਜਿਹੜੀ ਪ੍ਰੋਪਰਟੀ ਬਣਾਈ ਸੀ ਉਹ ਖੋ ਲਈ ਆ। ਇਹ ਸਰਵਣ ਪੁੱਤ ਦੀ ਜਿਹੜੀ ਮੂਰਤੀ ਸਥਾਪਨਾ ਕੀਤੀ ਗਈ ਆ ਬਹੁਤ ਵਧੀਆ, ਇਹ ਲੋਕਾਂ ਨੂੰ ਸੇਧ ਆਊਗੀ ਕਿਉਂਕਿ ਇੱਕ ਸ਼ਮਸ਼ਾਨ ਘਾਟ ਆ ਜਿੱਥੇ ਕਿ ਹਰ ਇੱਕ ਧਰਮ ਜਾਤ ਦਾ ਹਰੇਕ ਬੰਦਾ ਆਉਂਦਾ ਆ। ਜੋ ਇਹਨੂੰ ਪੜੂਗਾ ਉਹਨੂੰ ਅਹਿਸਾਸ ਹੋਊਗਾ ਵੀ ਮੈਂ ਆਪ ਕਿਹੜੀ ਜਗ੍ਹਾ 'ਤੇ ਖੜ੍ਹਾਂ ਅਤੇ ਸਰਵਣ ਕਿਹੋ ਜਿਹਾ ਸੀ, ਤਾਂ ਕਿ ਇਹਨੂੰ ਦੇਖ ਕੇ ਉਹ 'ਤੇ ਹੋਊਗਾ। ਦਿੜਬਾ ਤੋਂ ਆਜ਼ਾਦ TV ਨਿਊਜ਼ ਲਈ ਵਿਨੋਦ ਕੁਮਾਰ ਗੋਇਲ ਦੀ ਰਿਪੋਰਟ।